दिए मेरे ना लड़के बच्चे लोग कर दिए आती कपितलो चिंकुए तलवर से तो प्रीमो फिनो अवर से तो चिंकुए रसूल्ला दे करता पांच अध्याय पहली है तो लेके पांच आय तक प्रिशियस जीसस अखर बंद करके प्रार्थना करिए आज मैं जिन्ना वचन सुना ये वचन मेरी जिंदगी दे विच 100 गुना फल लेके आवे और फल यीशु दे नाम च बनिया रवे यीशु दे सामर्थी सामर्थी नाम दे विच आमीन हालेलुया ਕਿਹੜੀ ਰੈਡੀ ਆ ਵਰਡ ਨੂੰ ਲੈਣ ਦੇ ਲਈ ਮੈਂ ਫਿਰ ਤੋਂ ਪੜਦਾ ਪੰਜਾਬੀ ਦੇ ਵਿੱਚ ਤਹਨਾਨਿਆ ਨਾਮੇ ਇੱਕ ਮਨੁੱਖ ਨੇ ਆਪਣੀ 30 ਸਫੀਰਾਂ ਨਾਲ ਰਲ ਕੇ ਮਿਲਖ ਵੇਚੀ ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹਦੀ ਤੀਮੀ ਵੀ ਜਾਣਦੀ ਸੀ ਔਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ ਤਦ ਪਤਰਸ ਨੇ ਆਖਿਆ ਹਨਾਨਿਆ शैतान तेरे मन विच क्यों समाया जो तू पवित्र आत्मा नाल झूठ बोले अते उस खेत दे मुल विचों कुछ रख छड़े जब तिकर ओ रिया की तेरा अपना ना रिया और जा विक गया ता तेरे वस विच ना सी ते क्यों ए गल अपने मन विच सोची तू मनुखा नाल नहीं सगो परमेश्वर नाल झूठ बोलिया है हनानिया ए गल्ला सुनदिया सार डिग पिया ते उन्हें प्राण छड़ दिते ਅਤੇ ਜਿਨ੍ਹਾਂ ਸੁਣਿਆ ਉਹਨਾਂ ਸਭਨਾਂ ਨੂੰ ਵੱਡਾ ਡਰ ਲੱਗਾ ਹਾਲੇਲੂਇਆ 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 ਬਾਈਬਲ ਚ ਲਿਖਿਆ ਹਨਾਨਿਆ ਤੇ ਸਫੀਰਾ ਇੱਕ ਕਪਲ ਸੀ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ ਕਿ ਉਹਨਾਂ ਦੇ ਕੋਲ ਇੱਕ ਪਲਾਟ ਸੀ ਕੁਝ ਜ਼ਮੀਨ ਦਾ ਟੁਕੜਾ ਸੀ ਉਹ ਵੇਚ ਕੇ ਰਸੂਲਾਂ ਦੇ ਚਰਨਾਂ ਦੇ ਵਿੱਚ ਉਹ ਕਹਿੰਦੇ ਸੀ ਧਰ ਦੇਣਾ ਸੇਵਕਾਈ ਦੇ ਲਈ ਅਸੀਂ ਬੀਜ ਬੀਜ ਦੇਣਾ ਲੇਕਿਨ ਬਾਈਬਲ ਦੱਸਦੀ ਕਿ ਉਹਨਾਂ ਨੇ ਵੇਖ ਦਿੱਤਾ ਉਹਦਾ ਪੈਸਾ ਜਦੋਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਉਹਨਾਂ ਥੋੜਾ ਜਿਹਾ ਆਪਾਂ ਰੱਖ ਲਈਏ ਬਾਕੀ ਦਾ ਰਸੂਲਾਂ ਦੇ ਪਤਰਸ ਤੇ ਜਾ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ ਤੇ ਖੁਦਾ ਦੇ ਦਾਸ ਪਤਰਸ ਨੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਇਸ ਚੀਜ਼ ਨੂੰ ਜਾਣ ਕੇ ਕਹਿੰਦਾ ਹਨਾਨਿਆ ਤੇਰੇ ਮਨ ਦੇ ਵਿੱਚ ਸ਼ੈਤਾਨ ਕਿਉਂ ਸਮਾਇਆ ਕਿ ਜਿੰਨਾ ਚਿਰ ਉਹ ਜ਼ਮੀਨ ਤੇਰੀ ਸੀ ਉਹ ਪ੍ਰਾਪਰਟੀ ਤੇਰੀ ਸੀ ਕੀ ਉਹ ਤੇਰੀ ਨਹੀਂ ਸੀ ਹਾਲੇਲੂਇਆ ਹਾਲੇਲੂਇਆ ਇਹਦਾ ਸ਼ੈਤਾਨ ਤੇਰੇ ਮਨ ਚ ਕਿਉਂ ਸਮਾਇਆ ਤੇ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਝੂਠ ਬੋਲਿਆ ਤੇ ਬਾਈਬਲ ਦੱਸਦਾ ਕਿ ਇਹ ਗੱਲਾਂ ਸੁਣਦਿਆਂ ਸਾਰੀ ਹਨਾਨਿਆ ਡਿੱਗ ਗਿਆ ਤੇ ਉਹ ਮਰ ਗਿਆ ਉਹਦੇ ਪ੍ਰਾਣ ਉਹਦੀ ਜਾਨ ਚਲੀ ਗਈ ਹਾਲੇਲੂਇਆ ਹਾਲੇਲੂਇਆ ਅਗਲਾ ਵਰਡ ਮੈਂ ਤੁਹਾਨੂੰ ਦੇਣਾ ਚਾਹੁੰਦਾ ਕਿ ਹਨਾਨਿਆ ਔਰ ਸਫੀਰਾ ਨੇ ਜੋ ਸੋਚਿਆ ਸੀ ਕਰਨ ਦੇ ਲਈ ਉਹ ਕੀਤਾ ਤਾਂ ਸਹੀ ਪਰ ਕੁਝ ਰੱਖ ਲਿਆ ਹਾਲੇਲੂਇਆ ਗੱਲ ਸਿਰਫ ਬੀਜ ਬੀਜਣ ਦੀ ਨਹੀਂ ਆ ਜਾਂ ਪੈਸਾ ਰਸੂਲਾਂ ਦੇ ਚਰਨਾਂ ਵਿੱਚ ਲਿਆਉਣ ਦੀ ਨਹੀਂ ਆ ਅੱਜ ਅਸੀਂ ਜੋ ਠਾਣਿਆ ਹੁੰਦਾ ਪਰਮੇਸ਼ਵਰ ਮੈਂ ਤੇਰੇ ਨਾਲ ਇਸ ਤਰੀਕੇ ਦੇ ਨਾਲ ਚੱਲਾਂਗਾ ਲੇਕਿਨ ਮੈਨੀ ਟਾਈਮ ਇਨਸਾਨ ਫਿਰ ਕੁਛ ਨਾ ਕੁਛ ਤਾਂ ਰੱਖ ਲੈਂਦਾ ਹੈ ਹਾਲੇਲੂਇਆ ਅਸੀਂ ਸੋਚਦੇ ਪਰਮੇਸ਼ਵਰ ਮੈਂ ਰੋਜ਼ ਅੱਜ ਤੋਂ ਬਾਅਦ ਮੈਂ ਡੇਲੀ ਪ੍ਰਾਰਥਨਾ ਕਰਨੀ ਲੇਕਿਨ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਇਨਸਾਨ ਨੂੰ ਲੱਗਦਾ ਕੋਈ ਨਹੀਂ ਅੱਜ ਨਾ ਵੀ ਕਰਾਂ ਤਾਂ ਕੋਈ ਪ੍ਰੋਬਲਮ ਨਹੀਂ ਹਨਾਨਿਆ ਨੇ ਕੁਛ ਰੱਖ ਲਿਆ ਇਨਸਾਨ ਕਹਿੰਦਾ ਮੈਂ ਸਾਰੀਆਂ ਗਲਤ ਚੀਜ਼ਾਂ ਛੱਡਦਾ ਹਾਂ ਲੇਕਿਨ ਕੋਈ ਐਸੀ ਹੁੰਦੀ ਹੈ ਜਿਹੜੀ ਛੱਡਣੀ ਔਖੀ ਹੁੰਦੀ ਇਨਸਾਨ ਉਹਨੂੰ ਰੱਖ ਲੈਂਦਾ ਮੈਂ 99% 99% ਸਹੀ ਹਾਂ ਲੇਕਿਨ ਕੁਛ ਨਾ ਕੁਛ 1% ਰੱਖ ਲਿਆ ਹਨਾਨਿਆ ਨੇ ਵੀ ਸਾਰਾ ਨਹੀਂ ਰੱਖਿਆ ਸੀ ਥੋੜਾ ਜਿਹਾ ਹੀ ਰੱਖਿਆ ਸੀ ਔਰ ਇੰਪੋਰਟੈਂਟ ਇਹ ਨਹੀਂ ਉਹ ਪੈਸਾ ਪੀਸ ਦੀ ਗੱਲ ਆ ਅੱਜ ਜੋ ਪਰਮੇਸ਼ਵਰ ਦੇ ਲਈ ਸੋਚਦੇ ਆਪਾਂ ਨੂੰ ਕਰਨ ਦੀ ਲੋੜ ਆ ਜੋ ਕਮਿਟਮੈਂਟ ਕਰਦੇ ਪ੍ਰਭੂ ਦੇ ਨਾਲ ਉਹਨੂੰ ਪੂਰਾ ਕਰਨ ਦੀ ਲੋੜ ਆ ਹਾਲੇਲੂਇਆ ਬਾਈਬਲ ਚ ਲਿਖਿਆ ਤੇਰਾ ਮੂੰਹ ਤੇਥੋਂ ਪਾਪ ਨਾ ਕਰਵਾਵੇ ਤੂੰ ਆਪਣੇ ਮੂੰਹ ਦੇ ਨਾਲ ਕਾਲੀ ਨਾ ਕਰ
वचन दसदा जो तुसी वायदा प्रॉमिस कमिटमेंट खुदा दे नाल करदे सानू ओ पूरा करन दी लोड़ है। इसे करके बाइबल च लिखिया तेरा मुंह ते तो काली ना करवावे, तेरा मुंह ते तो पाप ना करवावे। और मैं फिर तो दस रहा कि जस्ट ये नहीं सीखा कि उन्हें प्रॉपर्टी वेची दे पैसा बीज बीजना सीखा। अज तुसी जो भी परमेश्वर दे लई ठाणदे आ वायदा करदे कुछ भी अपनी स्पिरिचुअल लाइफ दे प्रति ओ पूरा करन दी लोड़ है। हालेलुया। शैतान मौका भालदा वा किथे तुहानू सिटे, डायवल मौका भालदा तुहानू किथे सिटे। हालेलुया। ओदे सारे हथियार कैंसल होण यीशु दे नाम च, ओदे सारे हथियार नाश होण यीशु दे नाम दे विच। लूत दी बीवी जदों फरिश्ते ने कहा के सदूम ते मूरा अग दे नाल सड़न वाले आ, लूत नूं कहा कि अपने परिवार नूं लैके निकल जा पिछे नूं तूं ना वेखी। उहनां ने फरिश्ते दी गल मन के तुरता पए आ। जदों जांदे आ पहाड़ ते चढ़दे उह लूत दी बीवी पिछे नूं मुड़ के देखदी आ। पिछे कदों देखिया? क्योंकि कुछ पिछे हैगा सीगा, कुछ हैगा सी पिछे। ओ तन दौलत, ओ जानवर, ओ पशु, ओ सोना चांदी जिहड़ा अब्राहम दे नाल रह रह के कमाया सी ओ उत्थे दा ही रह गया सी। उस चीज़ ने मजबूर किया फिर पिछे नूं देखण दे लई। जे पिछे कुछ ना होंदा तां फिर देखण दी वी की लोड़ सी। हालेलुया। अज जदों प्रभु दे विच आया सिद्धा वेखण दी लोड़ आ, अगे नूं जाण दी लोड़ आ। आमीन। बाइबल लिखा तेरियां अखां नत्त दी सेध नूं वेखदियां रहण। आमीन। अज जदों इंसान खुदा दे नाल चलना शुरू करदा, अज आपां इदां नहीं करना कि तुसी चाहे 99% सही हो जावो, लेकिन याद रखो वो 1% ही तुहाडे लई डेंजरस आ, वो 1% ही तुहानूं सिख सकदा, वो 1% ही तुहाडे लई फायदा कारण बन सकदा। बाइबल लिखा शैतान नूं जगह थां ना दो। आमीन। 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 ताड़ा वो 1% ही पुरानी लाइफ नूं रखना ताड़े लई डिगण दा कारण बन सकदा। वो 1% ही रखिया ताड़े लई प्रॉब्लम्स दा कारण, स्ट्रगल दा, संघर्ष दा कारण बन सकदा। हालेलुया। जो बपतिस्मा लेने आपां कहिंदे कि असीं प्रभु दे नाल दबे गए आ ते जदों पानी चों बाहर आए आ ते नवी जिंदगी जिदा यीशु मसीह मुर्दियां चों जी उठिया असीं वी नवां जन्म पा लिया। आमीन। जदों नवा जन्म पा लिया ते पुराना फिर थले ही रह जावे। हालेलुया। जदों आपां आउंदे आउंदे कुछ ना कुछ फड़ के लै आउंदे हां ना, उही प्रॉब्लम क्रिएट करदा। जदों शैतान दे कोल कोई जगह नहीं है ना, जदों तुसीं 100% आपणे आप नूं चेंज कर लिया ते जिदां नहीं ऑयल लगा दिए बॉडी ते तां फड़ नहीं होणा, पवित्र आत्मा दा तेल तुहाडे उत्ते लग जावे, शैतान तुहानूं फड़ ना पावे। हालेलुया। और तुहानूं पता कि ऑयल तिलकण दा काम भी करदा, शिवो लारे होण दा भी काम करदा। जदों पवित्र आत्मा मसा उहदा तेल तुहाडी लाइफ ते, शैतान तुहानूं फड़ नहीं पाउंदा, शैतान तुहानूं फड़ नहीं पाउंदा। ਉਹਦੀ ਹਨਨਿਆ ਦੀ ਲਾਈਫ ਦੇ ਵਿੱਚ ਕੁਛ ਹੈਗਾ ਸੀ ਜਿਹੜਾ ਅਜੇ ਉਹਨੇ ਚੇਂਜ ਨਹੀਂ ਕੀਤਾ। ਉਹ ਹੋ ਸਕਦਾ 1% ਹੀ ਹੋਵੇ 100 ਚੋਂ, ਲੇਕਿਨ ਉਹ ਹੋਈ ਡਿੱਗਣ ਦਾ ਕਾਰਨ ਬਣ ਗਿਆ। ਅੱਜ ਆਪਣੀ ਲਾਈਫ ਨੂੰ ਚੈੱਕ ਕਰਨਾ, ਆਪਣੀ ਜ਼ਿੰਦਗੀ ਨੂੰ ਚੈੱਕ ਕਰਨਾ, ਜੇ ਪ੍ਰਭੂ ਦੇ ਨਾਲ ਚੱਲਣਾ ਤੇ ਪ੍ਰਭੂ ਨੂੰ ਕਹੀਏ ਕਿ ਮੈਂ 100% ਹੀ ਚੱਲਾਂਗਾ, ਆਪਣੇ ਪੈਰ ਕਦੇ ਵੀ ਦੋ ਪੀੜੀਆਂ 'ਚ ਨਹੀਂ ਰੱਖਣੇ। ਹਾਲੇਲੂਇਆ। ਪਤਰਸ ਪਾਣੀ ਤੇ ਚੱਲਣ ਲੱਗਾ ਤੇ ਜਦੋਂ ਪਿੱਛੇ ਨੂੰ ਵੇਖਿਆ, ਪਿੱਛੇ ਨੂੰ ਕੀ ਹੋਇਆ ਸੀ, ਉਹਨੇ ਦੇਖਿਆ ਕਿ ਯਾਰ ਅੱਗੇ ਪਾਣੀ ਹੈ, ਸਮੁੰਦਰ ਆ, ਝੀ ਲਹਿਰਾਂ ਵਗ ਰਹੀਆਂ, ਬੇੜੀ ਵੀ ਦੂਰ ਹੋ ਗਈ ਹੈ, ਮੈਂ ਤੁਰਦਾ ਤੁਰਦਾ ਅੱਗੇ ਨੂੰ ਆ ਗਿਆ। ਉਹੋ ਹੀ ਚੀਜ਼ ਨੇ ਭਰਮ ਪੈਦਾ ਕੀਤਾ ਤੇ ਡੁੱਬਣ ਦਾ ਕਾਰਨ ਬਣੇ। ਹਾਲੇਲੂਇਆ। ਅੱਜ ਪਿੱਛੇ ਨੂੰ ਨਹੀਂ ਦੇਖਣਾ, ਅੱਗੇ ਨੂੰ ਵੱਧਦੇ ਜਾਣਾ। ਜਿਹੜੇ ਫੈਸਲੇ ਲੈ ਕੇ ਚੱਲੇ ਸੀ ਨਾ ਕਿ ਮੈਂ ਪਵਿੱਤਰਤਾ ਵਿੱਚ ਚੱਲਾਂਗਾ, ਮੈਂ ਇਮਾਨਦਾਰੀ ਵਿੱਚ ਚੱਲਾਂਗਾ, ਮੈਂ ਵਫਾਦਾਰੀ ਵਿੱਚ ਚੱਲਾਂਗਾ, ਸ਼ੈਤਾਨ ਨੂੰ ਮੌਕਾ ਨਹੀਂ ਦੇਣਾ ਕਿ ਤੁਹਾਨੂੰ ਫਿਰ ਪਿੱਛੇ ਲੈ ਕੇ ਜਾਵੇ, ਕਿਉਂਕਿ ਉਹ ਥੋੜਾ ਜਿਹਾ ਭਾਲਦਾ, ਥੋੜਾ ਜਿਹਾ
हनन्याह ने थोड़ा जिहा रख लिया। अच्छा तुहानु थोड़ी जी जगह चाहिए है तुहानु सिटण दे लई। हालेलुया अज ओदियां योजनावां कैंसल हो रही यीशु दे नाम च। अज मैनू पता तुसीं फैसले लैके जावोगे यीशु दे नाम च, इस जगह तो डिसीजन लैके जावोगे यीशु दे नाम च। आमीन हालेलुया। तेरा मुंह ते थू पाप ना करवावे, बोलण विच काली ना कर। जिहड़े फैसले लैने आ अज सानू उन्हां नू पूरे करन दी लोड़ आ। हालेलुया हालेलुया हालेलुया। पतरस कहिंदा तू हनन्याह नू कहिंदा तू मनुखां नाल नहीं बल्कि परमेश्वर दे नाल उहदे आत्मा दे नाल झूठ बोलिया। तो गल सिर्फ पैसे दी नहीं गी, अज तुसी जो भी वायदा जो भी प्रभु नाल कमिटमेंट कर दी उन्हूं पूरा करन दी लोड़ आ। आमीन। अगर तुसी अपने वायदे नूं पूरा कर दे देखोगे परमेश्वर दे वायदे नूं अपनी लाइफ च पूरा हुंदे आ। आमीन। इहदा पॉसिबल है कि तुसी एक भी वादा पूरा ना करो ते परमेश्वर नूं कहोगे परमेश्वर तेरे सारे वादे पूरे हो जाण। हालेलुया पहला खुद करके दिखाओ, परमेश्वर नूं कहण दी भी लोड़ नहीं पैणी, करके दिखाओ चल के दिखाओ। हालेलुया कुछ चीजा जो मैन ऑफ गॉड डिक्लेयर कर दे तुसी रिसीव कर दे, कुछ चीजा परफेक्टिक होंदिया तुसी रिसीव कर दे, लेकिन बहुत सारिया चीजा जो तुसी खुद परमेश्वर नू वायदे पूरे करके दिखाने परमेश्वर अपने वायदे नू पूरे कर दे। आमीन। कुछ चीजा वा तुसी चाहे उहदे लई जिन्ना चिर मर्जी प्रार्थनावां करी जावो लेकिन जिन्ना चिर तुसी सिद्धे नहीं हुंदे उन्ना चिर ओह काम बणना नहीं का। हालेलुया फिर तुसी चाहे जिहड़े मर्जी पास्टर दे कोल वी प्रार्थना करवा लो। हालेलुया अगर तुसी तैयार होवोगे वचन नूं पूरा करन दे लई अपने वायदे नूं कमिटमेंट नूं पूरा करन दे लई ते ਤੁਹਾਡੀਆਂ ਕੀਤੀਆਂ ਪ੍ਰਾਰਥਨਾਵਾਂ ਤੁਸੀਂ ਦੇਖੋਗੇ ਕਿੰਨੀ ਸਪੀਡ ਦੇ ਨਾਲ ਕੰਮ ਕਰਦੀਆਂ, ਕਿੰਨੀ ਰਫਤਾਰ ਦੇ ਨਾਲ ਕੰਮ ਕਰਦੀਆਂ। ਆਮੀਨ ਹਾਲੇਲੂਇਆ। ਅੱਖਾਂ ਨੂੰ ਬੰਦ ਕਰਕੇ ਪ੍ਰਾਰਥਨਾ ਕਰੀਏ, ਆਪਣੀ ਲਾਈਫ ਤੇ ਗੌਰ ਕਰੀਏ। ਉਹ ਕੀ ਆ ਥੋੜਾ ਜਿਹਾ ਜਿਹਨੂੰ ਸ਼ੈਤਾਨ ਯੂਜ਼ ਕਰਦਾ ਤੁਹਾਨੂੰ ਸਿੱਟਣ ਦੇ ਲਈ, ਉਹ ਕੀ ਆ ਥੋੜਾ ਜਿਹਾ ਜਿਹਨੂੰ ਸ਼ੈਤਾਨ ਯੂਜ਼ ਕਰਦਾ ਤੁਹਾਨੂੰ ਡਿਸਟਰਬ ਕਰਨ ਦੇ ਲਈ, ਉਹ ਕੀ ਆ ਥੋੜਾ ਜਿਹਾ ਜਿਹਨੂੰ ਸ਼ੈਤਾਨ ਯੂਜ਼ ਕਰਦਾ ਤਾਂ ਤੁਹਾਨੂੰ ਸੰਘਰਸ਼ ਦੇ ਵਿੱਚ ਲੈ ਕੇ ਜਾਣ ਦੇ ਲਈ। ਗੌਰ ਕਰੀਏ ਔਰ ਉਹਦੇ ਹੋਲੀ ਗੋਸਟ ਦੀ ਫਾਇਰ ਨੂੰ ਰਿਲੀਜ਼ ਕਰੀਏ ਔਰ ਅੱਜ ਫੈਸਲਾ ਕਰਕੇ ਜਾਈਏ ਮੈਂ ਉਸ ਥੋੜੇ ਜਿਹੇ ਨੂੰ ਅੱਜ ਖਤਮ ਕਰ ਦੇਵਾਂਗਾ, ਮੈਂ ਚੱਲਾਂਗਾ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਦੇ ਨਾਲ, ਮੈਂ ਚੱਲਾਂਗਾ 100% ਪਰਮੇਸ਼ਵਰ ਦੇ ਨਾਲ। ਯੈਸ 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 ਹਾਲੇਲੂਇਆ थैंक यू जीसस। वो कहता मैं तेरे चुनिया वचन जी कहता ता ठहराया ताकि तू फल लेके आवे तेरा फल कायम रहे। परमेश्वर तानू फलवंत देखना चाहते हैं, परमेश्वर तानू फ्रूटफुल देखना चाहते हैं, वो तानू फलदायक देखना चाहते हैं। अगर तुसी फलदायक नहीं फ्रूटफुल नहीं गए तो यह परमेश्वर की मर्जी नहीं गी, यह परमेश्वर की विल नहीं गी। परमेश्वर दी विल ओदी मर्जी ओने अपने वचन च दस दित्ती आ के मैं तेनू चुनिया ही इस लई है ताकि तू फलदार होवे, तू फ्रूटफुल होवे, तू फलवंत होवे। यीशु दे नाम तुसी फलवंत होवो, तुसी फलदार होवो, तुसी फलदायक होवो और तुहाडा फल यीशु दे नाम च बणिया रहे, यीशु दे सामर्थी सामर्थी नाम दे विच। हालेलुया हालेलुया। हनन्याह ने किन्ना कर रखिया सी थोड़ा जिहा, हनन्याह ने किन्ना रख्या सी थोड़ा जिहा, ओही ओदी मौत दा कारण बन गया। अज हर को चीज जिहड़ी पवे थोड़ी जिही आ पुरानी लाइफ दी रख छिंदी आ पिछों नाल लैके आंदी आ, अज उहनूं खत्म कर दो यीशु दे नाम च, उहनूं छड्ड दो यीशु दे नाम दे विच। हालेलुया। ओहदा आत्मा तुहाडी अगुवाई करे, ओहदा आत्मा तुहानूं सिखा ले, ओहदा आत्मा तुहानूं चलावे यीशु दे सामर्थी सामर्थी नाम दे विच। देखो कितनी ब्लेसिंग्स वाली गल सी के कोई बंदा अपनी मिल्क वेच के अपनी प्रॉपर्टी वेच के खुदा दे घर दे सेवकाई दे विच दे रहा वा, ते कितनी वड्डी बरकत वाली गल सी।
और जो बीजा सी खुदा ने किन्ने गुणा 100 गुणा वापिस देना सी। हालेलुया। लेकिन एक थोड़ा जहा रखना, थोड़ा जहा बरकत तक ही उन्हें मौत मिल गई। कहीं समझ रहे वर्ड में, थोड़ा जहा रखना, थोड़ा जहा रखना सारी स्टोरी चेंज कर दी। बाइबल तुहाडी स्टोरी नूं चेंज करना चाहुंदा है, शैतान तुहाडी स्टोरीज नूं चेंज करना चाहुंदा है। हालेलुया। यीशु दे नाम चो करना पवेगा, यीशु दे नाम चो करना पवेगा, यीशु दे नाम चो करना पवेगा। क्योंकि मैं जिदा पहला कहना ना, जेड़े हिस्से नूं तुहाडे नूं परमेश्वर ने ब्लेस करना वा, शैतान भी उस हिस्से ते अटैक करता है। जेड़ा हिस्सा तुहाडी महिमा का कारण बनना, डाइवल द्वारा द्वारा उत्ते ही अटैक करता है। हालेलुया। ਉਹ ਤੁਹਾਡੀ ਗਲੋਰੀ ਨੂੰ, ਤੁਹਾਡੀ ਮਹਿਮਾ ਨੂੰ, ਤੁਹਾਡੀ ਸ਼ਰਮਿੰਦਗੀ ਚ ਤਬਦੀਲ ਕਰਨਾ ਚਾਹੁੰਦਾ। ਲੇਕਿਨ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਤੁਹਾਡੀਆਂ ਸ਼ਰਮਿੰਦਗੀਆਂ ਨੂੰ ਤੁਹਾਡੀ ਮਹਿਮਾ ਦੇ ਵਿੱਚ ਚੇਂਜ ਕਰ ਦੇਵੇ, ਤੁਹਾਡੀ ਸ਼ਰਮਿੰਦਗੀ ਨੂੰ ਤੁਹਾਡੀ ਗਲੋਰੀ ਦੇ ਵਿੱਚ ਚੇਂਜ ਕਰ ਦੇਵੇ। ਆਮੀਨ। ਹਾਲੇਲੂਇਆ। ਅੱਜ ਕੁਛ ਵੀ ਥੋੜਾ ਜਿਹਾ ਵੀ ਨਹੀਂ ਸ਼ੈਤਾਨ ਨੂੰ ਮੌਕਾ ਦੇਣਾ, ਉਹਦੇ ਹੱਥ ਵਿੱਚ ਕੁਛ ਵੀ ਨਾ ਆਵੇ। ਤੁਸੀਂ ਆਇਲੀ ਹੋਵੋ, ਪਵਿੱਤਰ ਆਤਮਾ ਦੇ ਤੇਲ ਦੇ ਨਾਲ ਭਰੇ ਹੋ, ਉਹਦੇ ਹੱਥ ਵਿੱਚ ਹੀ ਨਾ ਆਵੋ। ਸਲਿਪ ਹੋ ਜਾਵੋ ਯਿਸੂ ਦੇ ਨਾਮ ਦੇ ਵਿੱਚ, ਸਲਿਪ ਹੋ ਜਾਵੋ ਯਿਸੂ ਦੇ ਨਾਮ ਦੇ ਵਿੱਚ। ਜਦੋਂ ਤੁਹਾਨੂੰ ਫੜਨਾ ਚਾਹੇ ਤੁਸੀਂ ਸਲਿਪ ਹੋ ਜਾਵੋ। ਆਮੀਨ।